ਪਰ ਗਾਲ ਨਹੀਂ ਕੱਢਣੀ ਕੁਛ ਐਸਾ ਕਰ ਕਮਾਲ ਕਿ ਗੋਰਾ ਹੋ ਜਾਊਂ। ਉਹ ਤੁਸੀਂ ਸੋਚ ਰਹੇ ਹੋ ਵੀ ਆਹ ਕਿਹੜਾ ਗਾਣਾ ਮੈਂ ਕਿਵੇਂ ਗਾਤਾ। ਉਹ ਅੱਜ ਮੈਂ ਜਾ ਕੇ ਲੋਕਾਂ ਨੂੰ ਗੋਰਾ ਕਰਨ ਲੱਗਿਆ, ਗੋਰਾ ਇੰਗਲੈਂਡ ਵਾਲਾ ਬਣਾਉਣ ਲੱਗਿਆ, ਪਰ ਲੋਕ ਮੈਨੂੰ ਕਾਲੀਆਂ ਕਾਲੀਆਂ ਗਾਲਾਂ ਕੱਢਦੇ, ਗੰਦੀਆਂ ਗੰਦੀਆਂ। ਮੈਂ ਉਹਨਾਂ ਨੂੰ ਕਿਹਾ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਪਰ ਗਾਲ ਨਹੀਂ ਕੱਢਣੀ। ਕੀ ਗੋਰੇ ਰੰਗ ਪਹਿਨਾ ਇਤਨਾ ਗੁਮਾਨ ਕਰ, ਗੋਰਾ ਰੰਗ ਤੋ ਆ ਜੋ ਤੁਹਾਨੂੰ ਦੇ ਦਿਆਂਗੇ ਕਰੀਮ, ਤੁਹਾਨੂੰ ਗੋਰਾ ਬਣਾ ਦਿਆਂਗੇ, ਤੈਨੂੰ ਇੰਗਲੈਂਡ ਵਾਲੇ ਲੈ ਜਾਣਗੇ। ਪੱਕੀ ਗੱਲ ਹੈ ਇੰਗਲੈਂਡ ਵਾਲੇ ਤੈਨੂੰ ਵੀ ਲੈ ਜਾਣਗੇ। ਤੁਹਾਡੇ ਰੰਗ 'ਚ ਪ੍ਰੋਬਲਮ ਹੈ ਥੋੜ੍ਹੀ, ਮੈਂ ਤੁਹਾਨੂੰ ਗੋਰਾ ਕਰਦਾ ਬਾਈ। ਤੁਹਾਡੀ ਤਾਂ ਗਰਲਫ੍ਰੈਂਡ ਹੋਣੀ ਨਹੀਂ ਗੀ, ਤੁਹਾਡੀ ਸ਼ਕਲ ਦੱਸ ਰਹੀ ਹੈ। ਸਰਦਾਰ ਜੀ ਤੁਹਾਡੀ ਹੋਊਗੀ, ਤੇਰੀ ਵੀ ਨਹੀਂ ਹੋਣੀ। ਇੱਕ ਕਰੀਮ ਹੈ ਮੇਰੇ ਪਾਸ, ਐਂ ਇੰਗਲੈਂਡ ਵਾਲਾ ਬਣਾ ਦਾਂਗੇ ਤੈਨੂੰ। ਆ ਜਾ ਖੁਸ਼ਕੀ ਮਿਟਾ ਦਾਂਗੇ ਤੇਰੀ। ਗਰਲਫ੍ਰੈਂਡ ਤੈਨੂੰ ਕਹਿੰਦੀ ਤੇਰਾ ਰੰਗ ਕਹਿ ਜਾ। ਕਿਉਂ ਬੋਲੇ ਗਰਲਫ੍ਰੈਂਡ? ਹੁਣ ਤਾਂ ਦੁੱਧ ਟੱਪ ਦਾ ਦਿਖੀ ਜਾਂਦਾ, ਕੋਕਾ ਕੋਲਾ ਟੱਪ ਦਾ ਦਿਖਾਊਂਗਾ। ਕੋਕਾ ਕੋਲਾ ਬੁਰਾ ਕਰਦਾ, ਮਸਾਜ ਕਰਦਾ। ਕਿਉਂ ਕਰਦਾ? ਤੇਰੀ ਗਰਲਫ੍ਰੈਂਡ ਤਾਂ ਹੋਣੀ ਨਹੀਂ ਹੈ ਨਾ, ਤੇਰੀ ਸ਼ਕਲ ਦੱਸ ਰਹੀ ਹੈ। ਭਾਈ ਮਾਰ ਮੂਰ ਦੇਂਗੇ ਤੇਰੇ, ਜਾ ਜਾ ਫਿਰ, ਚੱਲ ਫਿਰ ਚੱਟ ਆ ਜਾ। ਅਰੇ ਨਹੀਂ ਗਾਲ ਕਿਉਂ ਕੱਢੀ ਜਾਂਦੇ ਫਿਰ ਮੈਨੂੰ, ਗਾਲਾਂ ਕਿਉਂ ਦਿੱਤੀਆਂ? ਅਰੇ ਕਿਆ ਆ ਜਾ, ਔਖਾ ਨਾ ਹੋ ਮੇਰੇ ਨਾਲ, ਪਹਿਲਾਂ ਆਖੇ ਨਾ, ਠੀਕ ਹੈ ਨਾ? ਔਖਾ ਨਾ ਹੋ, ਗਾਲਾਂ ਗੁਲਾਂ ਨਾ ਕੱਢੋ ਮੈਨੂੰ, ਮੈਂ ਦੱਸਿਆ। ਯਾਰ ਭਾਜੀ ਤਾਂ ਕਰਦਾ ਕਿਆ ਕਰੀਏ, ਇਹਨਾਂ ਦੋਨਾਂ ਨੂੰ ਮੈਂ ਗੋਰਾ ਕਰਨ ਦੀ ਕਰੀਮ ਦੇਣਾ, ਖੁਸ਼ਕੀ ਛਾਈ ਪਈ ਹੈ, ਇਹਨਾਂ ਨੂੰ ਇੰਗਲੈਂਡ ਭੇਜਾਂਗੇ ਤੇ ਦੇਖੀ। ਤੂੰ ਹੀ ਜਾ, ਤੂੰ ਜਾ ਇੰਗਲੈਂਡ, ਤੂੰ ਹੀ ਚਲਾ ਜਾ। ਕੋਈ ਗੱਲ ਨਹੀਂ, ਥੈਂਕ ਯੂ ਮੰਨਿਆ, ਥੈਂਕ ਯੂ। ਧੱਕਾ ਕਿਉਂ ਕਰਦੇ ਹੋ? ਗਾਲਾਂ ਕੱਢ ਕੇ ਬੋਲ ਰਹੇ ਹੋ, ਉਲਟਾ ਕਿਉਂ? ਮੈਨੇ ਕਿਹਾ ਉਲਟਾ ਬੋਲਾ, ਐਸੇ ਕਿਆ ਕਰਾ? ਉਲਟਾ ਐਸੇ ਕਿਆ? ਐ ਬਣਾ ਲਾ, ਜੱਸੀ ਗਿੱਲ ਬਣਾ ਲਾ। ਗਾਲ ਨਾ ਕੱਢ, ਕਿਵੇਂ ਮਰਦੀਆਂ ਨੇ ਮੁਸ਼ਕੋਂ ਦੀ ਤਾਂ ਮਰਦੀਆਂ ਨੇ। ਫਿਰ ਗਾਲ ਨਾ ਕੱਢ, ਉਹਦੇ ਕੈਮਰਾ ਲੱਗਿਆ ਪ੍ਰਧਾਨ, ਉਹ ਦੇਖ ਉਹ ਆਦਮੀ ਸਿੱਖ ਲਿਆ। ਉਹ ਯਾਰ ਕੈਮਰਾ ਚੱਲ ਰਿਹਾ ਯਾਰ, ਰੁਕ ਜਾ ਰੁਕ ਜਾ ਰੁਕ ਜਾ, ਗੱਲ ਸੁਣ ਲੈ ਮੇਰੀ, ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਗਾਲ ਨਹੀਂ ਕੱਢਣੀ। ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਗਾਲ ਨਹੀਂ ਕੱਢਣੀ।